ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਰੱਬ ਦਾ ਸ਼ੁਕਰ ਆ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਮੈਂ ਮਿਲ ਰਹੀ ਹਾਂ ਤੁਹਾਨੂੰ ਕਾਫੀ ਸਾਰੇ ਦਿਨਾਂ ਬਾਅਦ ਬਹੁਤ ਮਿਸ ਕੀਤਾ ਮੈਂ ਤੁਹਾਨੂੰ ਸਾਰਿਆਂ ਨੂੰ ਸੌਰੀ ਵਲੌਗਿੰਗ ਕਈ ਵਾਰ ਮੇਰੇ ਤੋਂ ਘਰ ਨਹੀਂ ਹੁੰਦੀ ਹੈਗੀ ਬੜਾ ਦਿਲ ਕਰਦਾ ਰਹਿੰਦਾ ਮੈਂ ਵਲੌਗਿੰਗ ਕਰਾਂ ਪਰ ਕਈ ਵਾਰ ਲਾਈਫ ਇੰਨੀ ਬਿਜ਼ੀ ਹੋ ਜਾਂਦੀ ਹੈ ਨਾ ਤੇ ਟਰਾਈ ਕਰੂੰਗੀ ਬੈਸਟ ਕਿ ਕੰਟੀਨਿਊ ਆਪਣੀ ਵਲੌਗਿੰਗ ਕਰਾਂ ਕਿਉਂਕਿ ਤੁਹਾਨੂੰ ਜਿਹੜੀ ਵਲੌਗਿੰਗ ਆ ਉਹ ਵੀ ਮੈਡੀਟੇਸ਼ਨ ਵਾਂਗੂ ਯੋਗਾ ਵਾਂਗੂ ਮੈਨੂੰ ਖੁਸ਼ੀ ਦਿੰਦਾ ਆ ਪਰ ਕਈ ਵਾਰ ਲਾਈਫ ਇੰਨੀ ਬਿਜ਼ੀ ਹੁੰਦੀ ਕਿ ਕਰ ਨਹੀਂ ਹੁੰਦਾ ਅੱਜ ਆ ਸੰਡੇ ਸਵੇਰੇ ਸਵੇਰੇ ਅਸੀਂ ਗਏ ਸੀ ਗੁਰੂ ਘਰ ਫਿਰ ਕੀਤੀ ਗ੍ਰੋਸਰੀ ਤੇ ਮੇਰੇ ਕੰਮ ਆ ਬਹੁਤ ਸਾਰੇ ਕਰਨ ਵਾਲੇ ਸਾਗ ਰੱਖਿਆ ਹੋਇਆ ਮੱਕੀ ਦੀ ਰੋਟੀ ਅੱਜ ਬਣੂੰਗੀ ਤੇ ਦੇਸੀ ਘੀ ਬਣਨ ਨੂੰ ਰੱਖਿਆ ਹੋਇਆ ਤੇ ਨਾਲ ਰੋਸਟ ਕਰ ਰਹੀ ਹਾਂ ਮੂੰਗਫਲੀ ਲਾਈਕ ਪੀਨਟ ਲਿਆ ਕੇ ਰੱਖੇ ਹੋਏ ਆ ਉਹ ਕਰ ਰਹੀ ਹਾਂ ਮਿੰਟ ਦੀ ਚਟਨੀ ਬਣੂੰਗੀ ਨਾਲ ਮੈਂ ਸਟੀਮ ਕਰਕੇ ਰੱਖੂੰਗੀ ਵੈਜੀਟੇਬਲ ਸਾਰੀਆਂ ਸਬਜ਼ੀਆਂ ਕਲੀਨ ਕਰਕੇ ਰੱਖਣੀਆਂ ਆ ਮਿਰਚਾਂ ਵਗੈਰਾ ਸਾਰਾ ਕੁਝ ਧੋ ਸਵਾਰ ਕੇ ਰੱਖਾਂਗੇ ਆਪਾਂ ਕਿਉਂਕਿ ਸੰਡੇ ਹੁੰਦਾ ਆ ਬਿਜ਼ੀ ਇਸੇ ਕਰਕੇ ਮੈਂ ਥੋੜੀ ਜਿਹੀ ਵਲੌਗਿੰਗ ਘੱਟ ਕਰਦੀ ਹੁੰਦੀ ਕਿਉਂਕਿ ਉਸ ਦਿਨ ਹੁੰਦਾ ਖਲਾਰੇ ਵਾਲਾ ਘਰ ਪੂਰਾ ਮੇਰਾ ਬਣਿਆ ਹੁੰਦਾ ਹੈ ਕਿ ਪੂਰੇ ਘਰ 'ਚ ਖਲਾਰਾ ਖਲਾਰਾ ਪਿਆ ਹੁੰਦਾ ਆ ਤੇ ਬੱਚਿਆਂ ਦੀਆਂ ਵੀ ਇੱਕ ਵੀਕ ਦੀਆਂ ਛੁੱਟੀਆਂ ਆ ਉਸ ਤੋਂ ਬਾਅਦ ਉਹਨਾਂ ਦੇ ਕਾਲਜ ਸਟਾਰਟ ਹੋ ਜਾਣੇ ਆ ਤੇ ਬੇਟੇ ਦੀ ਜਿਹੜੀ ਜੌਬ ਆ ਉਹ ਵੀ ਫਿਨਿਸ਼ ਹੋ ਚੁੱਕੀ ਆ ਉਹਨੂੰ ਵੀ ਇੱਕ ਵੀਕ ਦੀਆਂ ਛੁੱਟੀਆਂ ਆ ਡਾਟਰ ਦਾ ਵੀ ਸਮਰ ਸਕੂਲ ਜਿਹੜਾ ਉਹ ਫਿਨਿਸ਼ ਹੋ ਚੁੱਕਾ ਉਹਨੂੰ ਵੀ ਇੱਕ ਵੀਕ ਦੀਆਂ ਛੁੱਟੀਆਂ ਆ ਤੇ ਫਿਰ ਉਹ ਜਾਣਗੇ ਆਪਣੇ ਕਾਲਜ ਤੇ ਹਸਬੈਂਡ ਦਾ ਕੰਮ ਸਟਿਲ ਸਲੋ ਚੱਲ ਰਿਹਾ ਤੇ ਉਹ ਵੀ ਫਿਰ ਬਿਜ਼ੀ ਹੋ ਜਾਣਗੇ ਤੇ ਫਿਰ ਮੈਂ ਵੀ ਤੁਹਾਡੇ ਨਾਲ ਗੱਲਾਂ ਦੇ ਵਿੱਚ ਬਿਜ਼ੀ ਹੋ ਜਾਵਾਂਗੇ ਤਾਂ ਫਿਰ ਆਪਾਂ ਕਰਾਂਗੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਮੈਂ ਸੋਚ ਰਹੀ ਸੀ ਕਿ ਅੱਜ ਕੱਲ ਅਸੀਂ ਆਪਣੀ ਹੈਲਥ ਨੂੰ ਲੈ ਕੇ ਬਹੁਤ ਹੀ ਸਟ੍ਰੈਸ ਵਿੱਚ ਰਹਿੰਦੇ ਹਾਂ ਟੈਨਸ਼ਨ ਵਿੱਚ ਰਹਿੰਦੇ ਹਾਂ ਨਾ ਕਿ ਕੀ ਖਾਈਏ ਕੀ ਬਣਾਈਏ ਕੀ ਹੈਲਥੀ ਬਣਾਈਏ ਹੈ ਨਾ ਪਹਿਲਾਂ ਮੈਨੂੰ ਵੀ ਲੱਗਦਾ ਹੁੰਦਾ ਸੀ ਪਰ ਮੈਨੂੰ ਲੱਗਦਾ ਹੁੰਦਾ ਕਿ ਇੱਕਦਮ ਆਪਣਾ ਲਾਈਫ ਸਟਾਈਲ ਆਪਾਂ ਚੇਂਜ ਨਹੀਂ ਕਰ ਸਕਦੇ ਅਤੇ ਫਿਰ ਉਹ ਲੌਂਗ ਟਾਈਮ ਤੱਕ ਆਪਾਂ ਫੋਲੋ ਵੀ ਨਹੀਂ ਕਰ ਸਕਦੇ ਇਸ ਕਰਕੇ ਹੁੰਦਾ ਆ ਕਿ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਆਪਾਂ ਜਦੋਂ ਚੇਂਜ ਕਰਦੇ ਰਹਿੰਦੇ ਹਾਂ ਹੈਲਥੀ ਚੀਜ਼ਾਂ ਇਨਕਲੂਡ ਕਰਦੇ ਰਹਿੰਦੇ ਹਾਂ ਤਾਂ ਆਪਣੇ ਆਪ ਜਿਹੜਾ ਸਾਡਾ ਲਾਈਫ ਸਟਾਈਲ ਖਰਾਬ ਹੋਇਆ ਹੁੰਦਾ ਨਾ ਆਪਣੇ ਆਪ ਚੇਂਜ ਹੋਣ ਲੱਗ ਜਾਂਦਾ ਅਤੇ ਉਸੇ ਮੁਤਾਬਕ ਜਿਹੜੀ ਸਾਡੀ ਸਿਹਤ ਆ ਉਹ ਵੀ ਠੀਕ ਹੋਣ ਲੱਗ ਜਾਂਦੀ ਆ ਅਤੇ ਬਿਲਕੁਲ ਅਜਮਾਇਆ ਹੋਇਆ ਇਹ ਮੇਰਾ ਅਤੇ ਅੱਜ ਤੋਂ 15-18 ਸਾਲ ਪਹਿਲਾਂ ਟੋਟਲੀ ਜਦੋਂ ਮੈਂ ਇੱਥੇ ਆਈ ਸੀ 20-22 ਸਾਲ ਪਹਿਲਾਂ ਅਤੇ ਆ ਕੇ ਫਿਰ ਇਹ ਹੁੰਦਾ ਸੀਗਾ ਕਿ ਜਦੋਂ ਬੱਚੇ ਹੋਏ ਉਹਦੇ ਤੋਂ ਬਾਅਦ ਤੁਸੀਂ ਬਾਹਰਲਾ ਖਾਣਾ ਖਾਣਾ ਮੈਕਡੋਨਲਡ ਖਾਣਾ ਪੀਜ਼ਾ ਖਾਣਾ ਉਹਨਾਂ ਦੇ ਸਾਈਡ ਇਫੈਕਟ ਮੈਨੂੰ ਕੁਝ ਵੀ ਨਹੀਂ ਪਤਾ ਹੁੰਦਾ ਸੀਗਾ ਕਿ ਇਹਨਾਂ ਦੇ ਨਾਲ ਕੋਲੈਸਟ੍ਰੋਲ ਹਾਈ ਹੋ ਜਾਂਦਾ ਤੁਹਾਡੇ ਬਲੋਕੇਜ ਹੋ ਜਾਂਦੇ ਆ ਜਾਂ ਤੁਹਾਨੂੰ ਹੋਰ ਵੀ ਹੈਲਥ ਇਸ਼ੂ ਹੋ ਜਾਂਦੇ ਆ ਵੇਟ ਗੇਨ ਹੋਣ ਦੇ ਨਾਲ ਤੁਹਾਨੂੰ ਪਤਾ ਹੀ ਆ ਡਾਇਬਟੀਜ਼ ਆ ਥਾਇਰਾਇਡ ਆ ਹੋਰ ਕਿੰਨੀਆਂ ਬਿਮਾਰੀਆਂ ਜਿਨ੍ਹਾਂ ਦੇ ਨਾਮ ਵੀ ਹੁਣ ਮੈਨੂੰ ਯਾਦ ਨਹੀਂ ਆਉਣੇ ਹੈਗੇ ਕਿ ਤਾਂ ਉਸ ਤਰ੍ਹਾਂ ਦੀਆਂ ਸਟਾਰਟ ਹੋ ਜਾਂਦੀਆਂ ਤੁਹਾਨੂੰ ਮੈਨੂੰ ਬਿਲਕੁਲ ਨਹੀਂ ਪਤਾ ਸੀ ਤਾਂ ਇਸੇ ਤਰ੍ਹਾਂ ਹੀ ਬਸ ਬਾਹਰਲਾ ਫੂਡ ਖਾਂਦਿਆਂ ਥੋੜ੍ਹਾ ਸਟ੍ਰੈਸ ਵੀ ਹੁੰਦਾ ਸੀ ਤਾਂ ਉਹਦੇ ਮੁਤਾਬਕ ਹੀ ਬਿਮਾਰੀਆਂ ਵੀ ਤੁਹਾਨੂੰ ਲੱਗਣੀਆਂ ਸਟਾਰਟ ਹੋ ਗਈਆਂ ਅਤੇ ਹਸਬੈਂਡ ਦੀ ਵੀ ਸਿਹਤ 'ਚ ਇਸ ਤਰ੍ਹਾਂ ਖਰਾਬ ਹੋਣ ਲੱਗ ਪਈ ਸੀ ਨਾ ਅਤੇ ਫਿਰ ਜਦੋਂ ਇੱਕਦਮ ਇਲਾਜ ਚੱਲਿਆ ਉਹਦੇ ਤੋਂ ਬਾਅਦ ਠੀਕ ਹੋ ਕੇ ਘਰ ਆਏ ਤਾਂ ਫਿਰ ਉਸ ਟਾਈਮ 'ਤੇ ਤਾਂ ਫੋਨ ਵੀ ਨਹੀਂ ਹੁੰਦੇ ਸੀਗੇ ਕਿ ਜਿਨ੍ਹਾਂ 'ਤੇ ਤੁਸੀਂ ਰੈਸਪੀਆਂ ਦੇਖ ਸਕਦੇ ਆ ਜਸਟ ਮੈਨੂੰ ਕਲਾਸਿਸ ਦਿੰਦੇ ਹੁੰਦੇ ਸੀ ਹੋਸਪਿਟਲ ਹਸਬੈਂਡ ਦੇ ਲਈ ਕਿ ਇਹ ਵਾਲਾ ਸਹੀ ਆ ਖਾਣਾ ਇਹ ਵਾਲਾ ਨਹੀਂ ਅੱਜ ਤੋਂ 18-20 ਸਾਲ ਪਹਿਲਾਂ ਹੀ ਮੈਨੂੰ ਅਵਕਾਡੋ ਦਾ ਪਤਾ ਲੱਗਾ ਸੀਗਾ ਕਿ ਉਹ ਫਰੂਟ ਆ ਅਤੇ ਜਦੋਂ ਫਸਟ ਟਾਈਮ ਮੈਂ ਖਾਧਾ ਸੀ ਨਾ ਮੈਨੂੰ ਬਿਲਕੁਲ ਵੀ ਟੇਸਟੀ ਨਹੀਂ ਲੱਗਾ ਸੀ ਸੱਚੀ ਕਹਿੰਦੀ ਹਾਂ ਅਤੇ ਹੁਣ ਮੈਨੂੰ ਇਹ ਲੱਗਦਾ ਹੁੰਦਾ ਕਿ ਬਹੁਤ ਸਵਾਦ ਲੱਗਦਾ ਤੁਹਾਡਾ ਟਾਈਮ ਦੇ ਨਾਲ ਟੇਸਟ ਵੀ ਚੇਂਜ ਹੋ ਜਾਂਦਾ ਹੈ ਨਾ ਅਤੇ ਹੁਣ ਜਿੱਦਾਂ ਮੈਂ ਸੋਚਦੀ ਹੁੰਦੀ ਹਾਂ ਕਿ ਦੇਖ ਲਓ ਜਿੱਦਾਂ ਟਾਈਮ ਦੇ ਨਾਲ ਜਿਸ ਤਰ੍ਹਾਂ ਤੁਹਾਡਾ ਟੇਸਟ ਚੇਂਜ ਹੋ ਜਾਂਦਾ ਉਸੇ ਤਰ੍ਹਾਂ ਹੀ ਤੁਹਾਡਾ ਜਿਹੜਾ ਮਾਇੰਡ ਆ ਉਹ ਵੀ ਚੇਂਜ ਹੋ ਜਾਂਦਾ ਆ ਹੈਲਥ ਨੂੰ ਲੈ ਕੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਬੇਪਰਵਾਹ ਜਿਹੇ ਹੁੰਦੇ ਆ ਨਾ ਜਦੋਂ ਯੰਗ ਹੁੰਦੇ ਆ ਅਤੇ ਜਿਸ ਤਰ੍ਹਾਂ ਉਮਰ ਹੁੰਦੀ ਆ ਉਸ ਤਰ੍ਹਾਂ ਤੁਸੀਂ ਫੈਮਿਲੀ ਦੀ ਕੇਅਰ ਕਰਦੇ ਆ ਸਾਰਿਆਂ ਦੀ ਕੇਅਰ ਕਰਦੇ ਆ ਅਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਸਾਰੇ ਜਣੇ ਖੁਸ਼ ਰਹਿ ਸਕਣ ਚਾਹ ਹੁਣੀ ਅਜੇ ਮੈਂ ਪੀ ਕੇ ਹਟੀ ਹਾਂ ਪਰ ਬਾਡੀ ਮੇਰੀ ਬਹੁਤ ਟਾਇਰਡ ਹੋ ਗਈ ਬਹੁਤ ਥੱਕ ਚੁੱਕੀ ਹਾਂ ਸਾਈਡ 'ਤੇ ਦੇਖ ਸਕਦੇ ਹਾਂ ਚਾਹ ਪੀ ਕੇ ਸਾਰਾ ਸਮਾਨ ਰੱਖਿਆ ਸਾਗ ਜੀ ਮੇਰਾ ਬਣ ਰਿਹਾ ਆ ਹਸਬੈਂਡ ਲੱਗਿਆ ਇੱਥੇ ਕੋਈ ਬਿੱਲ ਪੇ ਕਰਨ ਵਾਲਾ ਪਹਿਲਾਂ ਮੈਂ ਕਰ ਚੁੱਕੀ ਹਾਂ ਨਹੀਂ 200 ਹਾਂਜੀ ਬਿੱਲ ਬਾਰੇ ਪੁੱਛ ਰਹੇ ਸੀ ਸੋਰੀ ਅਤੇ ਪੀਨਟ ਸੱਚ ਮੈਂ ਇਹ ਵੀ ਕਰਕੇ ਰੋਸਟ ਕਰਕੇ ਰੱਖ ਲਿਆ ਡੱਬੇ 'ਚ ਪਾ ਕੇ ਥੋੜ੍ਹੇ ਜਿਹੇ ਨੋਰਮਲ ਲੱਗਦੇ ਸੀ ਤਾਂ ਕਰਕੇ ਡੱਬਾ ਮੈਂ ਓਪਨ ਕੀਤਾ ਹੈ ਤਾਂ ਮੈਂ ਕਿਹਾ ਹੁਣੀ ਬਸ ਇਹਨੂੰ ਬੰਦ ਕਰਕੇ ਰੱਖ ਦਿੰਦੀ ਹਾਂ ਸਾਗ ਵੀ ਆਲਮੋਸਟ ਬਣਨ ਵਾਲਾ ਹੀ ਆ ਮੇਰਾ ਅਤੇ ਸਾਗ ਨੂੰ ਕੀ ਕਹਿੰਦੇ ਤਾਂ ਘੋਟਣਾ ਆ ਹਜੇ ਮੈਂ ਸਾਗ ਘੋਟ ਕੇ ਅਤੇ ਫਿਰ ਕਰਨੀ ਆ ਐਕਸਰਸਾਈਜ਼ ਕਿਉਂਕਿ ਅੱਜ ਐਕਸਰਸਾਈਜ਼ ਨਹੀਂ ਹੋਈ ਅਤੇ ਸ਼ਾਮ ਦੇ 4 ਵੱਜਣ ਵਾਲੇ ਆ ਐਕਸਰਸਾਈਜ਼ 356 ਹੋ ਚੁੱਕੇ ਆ ਕਿਉਂਕਿ ਮੈਂ ਫੋਨ ਤੋਂ ਵਲੌਗ ਕਰ ਰਹੀ ਹਾਂ ਨਾਲ ਨਾਲ ਮੈਂ ਦੇਖ ਵੀ ਰਹੀ ਸੀ ਟਾਈਮ ਅਤੇ ਹੁਣ ਸਾਰੀ ਥੋੜ੍ਹੀ ਜਿਹੀ ਜਿਹੜੀ ਕਿਚਨ ਰਹਿ ਗਈ ਆ ਚਾਹ ਵਾਲੇ ਭਾਂਡੇ ਵਗੈਰਾ ਵੈਸੇ ਮੈਂ ਨਾਲ ਨਾਲ ਕਰ ਦਿੱਤੀ ਆ ਕਿਚਨ ਕਲੀਨ ਬਸ ਥੋੜ੍ਹੇ ਜਿਹੇ ਚਾਹ ਵਾਲੇ ਭਾਂਡੇ ਜਿਹੜੇ ਇਹ ਵਾਲੇ ਪਏ ਆ ਇਹੀ ਮੈਂ ਹੁਣ ਚੁੱਕਣੇ ਆ ਅਤੇ ਜਲਦੀ ਨਾ ਚੱਲੀਏ ਜੀ ਕਰੀਏ ਅੱਜ ਜਲਦੀ ਸੌ ਜੂੰਗੀ ਅੱਜ ਬਿਕੋਜ਼ ਬਹੁਤ ਥੱਕ ਹੋਇਆ ਸੱਚੀ
ਪਹਿਲਾਂ ਪਹਿਲਾਂ ਮੈਨੂੰ ਬਿਲਕੁਲ ਵੀ ਪਤਾ ਨਹੀਂ ਹੁੰਦਾ ਸੀ ਜਿਹੜੀ ਹੋਮਮੇਡ ਚੀਜ਼ ਤੁਸੀਂ ਬਣਾਉਣੀ ਆ ਉਹਦੀ ਵੈਲਿਊ ਕੀ ਆ, ਕੀ ਬੈਨੀਫਿਟ ਆ। ਹੁਣ ਜਦੋਂ ਤੁਸੀਂ ਆਪ ਘਰ 'ਚ ਦੇਸੀ ਘਿਓ ਬਣਾਉਂਦੇ ਆ, ਸਾਰੀਆਂ ਚੀਜ਼ਾਂ ਬਣਾਉਂਦੇ ਆ, ਤਾਂ ਤੁਹਾਨੂੰ ਉਹਨਾਂ ਦੇ ਬੈਨੀਫਿਟ ਪਤਾ ਲੱਗਦਾ ਆ। ਜਿਸ ਤਰ੍ਹਾਂ ਤੁਸੀਂ ਘਰ ਦਾ ਹੋਮਮੇਡ ਫੂਡ ਬਣਾਉਂਦੇ ਆ ਅਤੇ ਉਹਨਾਂ ਦੇ ਕੀ ਬੈਨੀਫਿਟ ਆ, ਤਾਂ ਤੁਸੀਂ ਵੀ ਜ਼ਰੂਰ ਜਿੰਨਾ ਵੀ ਹੋ ਸਕਦਾ ਆਪਣੀ ਫੈਮਿਲੀ ਨੂੰ, ਆਪਣੇ ਆਪ ਨੂੰ ਟਾਈਮ ਜ਼ਰੂਰ ਦਿਓ। ਹੈਲਥੀ ਫੂਡ ਬਣਾਓ, ਹੈਲਥੀ ਖਾਓ, ਕਿਉਂਕਿ ਜੇ ਤੁਹਾਡੀ ਹੈਲਥ ਸਹੀ ਆ ਤਾਂ ਫਿਰ ਸਾਰਾ ਕੁਝ ਹੀ ਤੁਹਾਨੂੰ ਵਧੀਆ ਲੱਗਦਾ ਆ। ਅਤੇ ਜੇ ਤੁਹਾਡੀ ਹੈਲਥ ਹੀ ਸਹੀ ਨਹੀਂ ਹੈਗੀ, ਫਿਰ ਤੁਹਾਨੂੰ ਘਰ ਦੇ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ। ਇਸ ਤਰ੍ਹਾਂ ਹੀ ਹੁੰਦਾ ਆ। ਅਤੇ ਅੱਜ ਤੁਸੀਂ ਬਿਲੀਵ ਨਹੀਂ ਕਰਨਾ ਹੈਗਾ, ਮੈਂ 4 ਤੋਂ 5 ਘੰਟੇ ਮੇਰੇ ਕਿਚਨ 'ਚ ਹੀ ਲੱਗੇ ਆ। ਸਵੇਰ ਤੋਂ ਜਦੋਂ ਦੀ ਮੈਂ ਉੱਠੀ ਹਾਂ, ਉਸ ਟਾਈਮ ਤੋਂ ਤੁਸੀਂ ਲਾ ਲਓ, ਅਸੀਂ ਪਹਿਲਾਂ ਸ਼ਾਵਰ ਵਗੈਰਾ ਕਰਕੇ ਗੁਰੂ ਘਰ ਗਏ ਹਾਂ, ਗੁਰੂ ਘਰ ਤੋਂ ਬਾਅਦ ਗ੍ਰੋਸਰੀ ਕੀਤੀ ਆ ਅਤੇ ਫਿਰ ਸਾਰੇ ਕੰਮ ਵੀ ਕੀਤੇ ਆ। ਅਤੇ ਫੈਮਿਲੀ ਵੀ ਜਦੋਂ ਖੁਸ਼ ਹੁੰਦੀ ਆ ਤੁਹਾਨੂੰ ਵੀ ਵਧੀਆ ਲੱਗਦਾ। ਮੇਰੀ ਡਾਕਟਰ ਇੱਥੇ ਸਕਿਨ ਕੇਅਰ ਕਰਨ ਲੱਗੀ ਹੋਈ ਸੀ, ਪਤਾ ਨਹੀਂ ਵੋਇਸ ਕੱਟ ਹੋ ਗਈ, ਮੈਨੂੰ ਲੱਗਦਾ ਇੱਥੋਂ ਮੈਂ ਦੋਨਾਂ ਦੀ ਕੀਤੀ ਵੀ ਸੀ ਵੋਇਸ, ਅਤੇ ਹਸਬੈਂਡ ਦੀ ਸਕਿਨ ਕੇਅਰ ਕਰ ਰਹੀ ਸੀ ਅਤੇ ਹਸਬੈਂਡ ਬੜਾ ਖੁਸ਼ ਹੁੰਦੇ ਆ। ਤਾਂ ਉਹਨਾਂ ਤੋਂ ਜ਼ਿਆਦਾ ਮੈਨੂੰ ਖੁਸ਼ੀ ਮਿਲਦੀ ਆ ਜਦੋਂ ਬੱਚੇ ਇਸ ਤਰ੍ਹਾਂ ਤੁਹਾਡੀ ਕੇਅਰ ਕਰਦੇ ਆ ਅਤੇ ਹਾਸਾ ਮਜ਼ਾਕ ਫੈਮਿਲੀ 'ਚ ਚੱਲਦਾ ਰਹਿੰਦਾ, ਘਰ ਦਾ ਮਾਹੌਲ ਵੀ ਵਧੀਆ ਬਣਿਆ ਰਹਿੰਦਾ ਆ। ਤਾਂ ਮੈਨੂੰ ਬਹੁਤ ਕਿਊਟ ਲੱਗਦੇ ਆ ਜਦੋਂ ਇਸ ਤਰ੍ਹਾਂ ਮੇਰੀ ਡਾਟਰ ਸਕਿਨ ਕੇਅਰ ਕਰਦੀ ਹੁੰਦੀ ਆਪਣੇ ਡੈਡਾ ਦੇ। ਅਤੇ ਫਸਟ ਟਾਈਮ ਮੈਂ ਜਸਟ ਵੀਡੀਓ ਬਣਾਈ ਆ ਕਿ ਜੇ ਤੁਹਾਡੇ ਵੀ ਬੱਚੇ ਆ ਇਸ ਤਰ੍ਹਾਂ ਕਰਦੇ ਆ ਤਾਂ ਬਹੁਤ ਹੀ ਤੁਸੀਂ ਲਾ ਲਓ ਤੁਸੀਂ ਬਹੁਤ ਹੀ ਲੱਕੀ ਆ ਅਤੇ ਜੇ ਇਸ ਤਰ੍ਹਾਂ ਦਾ ਤੁਹਾਡਾ ਟਾਈਮ ਸਪੈਂਡ ਹੋ ਰਿਹਾ ਆ। ਹੁਣੀ ਬਸ ਮੈਂ ਇੱਥੇ ਹਸਬੈਂਡ ਨੂੰ ਕਿਹਾ ਸੀ, ਮੈਂ ਕਿਹਾ ਤੁਸੀਂ ਥੋੜ੍ਹਾ ਜਿਹਾ ਮੇਰਾ ਕੈਮਰਾ ਹੋਲਡ ਕਰ ਲਓ, ਕਿਉਂਕਿ ਜਿਹੜਾ ਵੀਡੀਓ ਬਣਾਉਣ ਵਾਲਾ ਆ ਗਿੰਬਲ ਆ ਅਤੇ ਉਹ ਮੈਂ ਸਾਈਡ 'ਤੇ ਰੱਖਿਆ ਹੋਇਆ ਸੀ, ਚਾਰਜਿੰਗ ਲੱਗਾ ਹੀ ਨਹੀਂ ਕਿੰਨੇ ਦਿਨਾਂ ਤੋਂ, ਕਿਉਂਕਿ ਵਲੋਗਿੰਗ ਨਹੀਂ ਕੀਤੀ ਹੈਗੀ ਅਤੇ ਉਹ ਵੀ ਨਹੀਂ ਕੀਤਾ ਸੀ। ਤਾਂ ਇਸ ਟਾਈਮ 'ਤੇ ਮੈਂ ਸਾਗ ਵਗੈਰਾ ਘੋਟਣ ਲੱਗੀ ਸੀ, ਪਹਿਲਾਂ ਮਸ਼ੀਨ ਨਹੀਂ ਫਾਇੰਡ ਹੁੰਦੀ ਸੀ, ਮਸ਼ੀਨ ਫਾਇੰਡ ਕੀਤੀ ਅਤੇ ਫਿਰ ਇਸ ਤੋਂ ਬਾਅਦ ਮੈਂ ਕਿਹਾ ਚਲੋ ਸਾਗ ਥੋੜ੍ਹਾ ਜਿਹਾ ਘੋਟ ਕੇ ਰੱਖ ਲੈਂਦੇ ਹਾਂ। ਇਹਦੇ ਤੋਂ ਬਾਅਦ ਫਿਰ ਸਾਡਾ ਬਾਹਰ ਜਾਣ ਦਾ ਪਲੈਨ ਬਣਦਾ ਸੀ, ਕਿਉਂਕਿ ਕੁਛ ਨਾ ਕੁਛ ਜਿਹੜੇ ਕੰਮ ਹੁੰਦੇ ਯਾਦ ਆਉਂਦੇ ਰਹਿੰਦੇ, ਗਰੋਸਰੀ ਕਰ ਵੀ ਆਉਂਦੀ ਸੀ। ਪਰ ਫਿਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸੈਚਰਡੇ ਸੰਡੇ ਹੁੰਦਾ ਬਿਜ਼ੀ ਬਿਜ਼ੀ ਬਸ ਚੱਲ ਜਾਂਦਾ ਆ, ਮੈਂ ਨਾਲੋ ਨਾਲ ਕਰ ਵੀ ਰਹੀ ਹਾਂ ਸੱਚੀ ਕਹਾਂ, ਕੰਮ ਕਰਦੇ ਪਰ ਫਿਨਿਸ਼ ਨਹੀਂ ਹੁੰਦੇ ਹੈਗੇ। ਪਰ ਸਟਿਲ ਮੇਰਾ ਜਿਹੜਾ ਮੂਡ ਅੱਜ ਕੱਲ੍ਹ ਬਹੁਤ ਹੈਪੀ ਰਹਿੰਦਾ ਆ, ਬਹੁਤ ਖੁਸ਼ ਰਹਿੰਦਾ, ਇਸ ਕਰਕੇ ਘਰ ਦੇ ਕੰਮ ਕਰਨ ਦੇ ਵਿੱਚ ਵੀ ਮੈਨੂੰ ਬਹੁਤ ਮਜ਼ਾ ਆਉਂਦਾ ਆ। ਸਾਗ ਤਾਂ ਦਾਲ ਜਿਹੜੀ ਮਾਂ ਦੀ ਹੁੰਦੀ ਆ, ਧੋਤੇ ਮਾਂ ਦੀ ਹੁੰਦੀ ਆ, ਉਹ ਥੋੜ੍ਹੀ ਜਿਹੀ ਪਈ ਸੀ, ਮੈਂ ਭੇ ਕੇ ਰੱਖ ਦਿੱਤੀ ਆ। ਮੈਂ ਕਿਹਾ ਭੱਲੇ ਬਣਾ ਲਾਂਗੇ ਥੋੜ੍ਹੇ ਜਿਹੇ, ਨਹੀਂ ਤਾਂ ਫਿਰ ਪਈ ਰਹਿ ਜਾਣੀ। ਵੈਸੇ ਮੈਂ ਮਾਂ ਦੀ ਦਾਲ ਬਣਾਉਂਦੀ ਨਹੀਂ ਹੈਗੀ ਜੀ, ਮਤਲਬ ਸਬਜ਼ੀ ਦੇ ਤੌਰ 'ਤੇ, ਦਾਲ ਦੇ ਤੌਰ 'ਤੇ ਭੱਲੇ ਬਣਦੇ ਬਸ ਮੇਰੇ ਘਰ ਇਹਦੇ ਨਾਲ, ਅਤੇ ਇਹ ਵੀ ਮੈਂ ਭੇ ਕੇ ਰੱਖ ਲਈ ਆ। ਦੇਖੂੰਗੀ ਜੇ ਰਾਤ ਨੂੰ ਟਾਈਮ ਲੱਗਾ ਤਾਂ ਰਾਤ ਨੂੰ ਕਰਕੇ ਸੌਂਗੀ, ਭੱਲੇ ਬਣਾ ਕੇ ਸੌਂਗੀ, ਅਤੇ ਜੇ ਨਹੀਂ ਟਾਈਮ ਲੱਗਾ ਫਿਰ ਸਵੇਰੇ ਉੱਠਣ ਸਾਰ ਹੀ ਫਿਰ ਬਣਾਉਣੀ ਪੈਣੀ ਆ ਮੈਨੂੰ। ਆਈ ਥਿੰਕ ਦੇਖਦੀ ਹਾਂ, ਕਿਉਂਕਿ ਸਵੇਰੇ ਉੱਠਣ ਸਾਰ ਮੈਂ ਚਾਹੁੰਦੀ ਨਹੀਂ ਕਿ ਆਇਲ ਜਿਹਾ ਮਤਲਬ ਸਟਾਰਟ ਕਰਾਂ, ਹੁਣੀ ਦੇਖੂੰਗੀ ਕਿ ਕੁਕਿੰਗ ਤੋਂ ਬਾਅਦ ਫਿਰ ਨਾਲ ਹੀ ਇਹਨੂੰ ਬਣਾ ਲਵਾਂ, ਹਜੇ ਥੋੜ੍ਹਾ ਟਾਈਮ ਲੱਗਣਾ ਆ ਕਿਉਂਕਿ 3-4 ਘੰਟੇ ਮੈਨੂੰ ਉਦੋਂ ਦਾ ਯਾਦ ਆ ਜਦੋਂ ਅਸੀਂ ਘੁੰਮਣ ਗਏ ਸੀ, ਉਦੋਂ ਫਿਰ ਕਹਿੰਦੀ ਸੀ ਅਸ਼ਕੂ ਮੈਂ ਪਾਵਾਂਗੇ। ਇੱਕ ਤਾਂ ਉਹਦੇ ਜਿਹੜਾ ਸੈਂਟਰ ਦੇ ਵਿੱਚ ਬਣ ਗਿਆ ਨਾ ਦੁਆ ਉੱਪਰ ਪੌੜੀਆਂ ਚੜ੍ਹਦੇ ਆ, ਸਟੇਅਰ ਬਣੀ ਹੈ, ਉੱਥੇ ਵੀ ਉੱਥੇ ਟਿਕਟਾਂ ਲੈਂਦੇ ਆ, ਉੱਥੇ ਇਹ ਨਹੀਂ ਪਤਾ। ਹਸਬੈਂਡ ਅਤੇ ਡਾਕਟਰ ਗਏ ਆ ਸਟੋਰ 'ਚ ਜਿੱਥੋਂ ਥੋੜ੍ਹਾ ਜਿਹਾ ਸਮਾਨ ਪਿੱਕ ਕਰਨਾ ਸੀ, ਜਸਟ ਉਹਨਾਂ ਨੇ ਕੁਛ ਫੂਡ ਸੀ ਆਈਵਨ ਪਿੱਕ ਕਰਨਾ ਕੁਛ ਬੱਚਿਆਂ ਲਈ, ਅਤੇ ਫਿਰ ਮੈਂ ਗਈ ਨਹੀਂ, ਮੈਂ ਗੱਡੀ 'ਚ ਬੈਠ ਗਈ। ਇੱਥੇ ਨਾ ਬਹੁਤ ਸੋਹਣਾ ਡੈਕੋਰੇਸ਼ਨ ਵਾਲਾ ਇੱਕ ਸਟੋਰ ਆ ਅਤੇ ਬਹੁਤ ਸਸਤਾ ਸਮਾਨ ਮਿਲਦਾ, ਬਿਲਕੁਲ ਮੈਂ ਉਹਦੇ ਸਾਹਮਣੇ ਪਾਰਕਿੰਗ ਲੱਗੀ ਆ, ਅਤੇ ਜੇ ਵੈਸੇ ਪਾਰਕਿੰਗ ਲੱਗੀ ਹੁੰਦੀ ਮੀਟਰ ਵਾਲੀ ਤਾਂ ਫਿਰ ਮੈਂ ਚੱਲ ਜਾਣਾ ਸੀ, ਪਰ ਪਾਰਕਿੰਗ ਨਹੀਂ ਸੀ ਤਾਂ ਕਰਕੇ ਮੈਨੂੰ ਗੱਡੀ 'ਚ ਵੇਟ ਕਰਨੀ ਪੈ ਰਹੀ ਆ ਡਰਾਈਵਿੰਗ ਵਾਲੀ ਸਾਈਡ 'ਤੇ ਬੈਠ ਕੇ। ਅਤੇ ਹੁਣ ਜਦੋਂ ਹੀ ਆਉਂਦੇ ਮੈਂ ਟਰਾਈ ਕਰੂੰਗੀ ਕਿ ਕੁਇਕਲੀ ਇੱਕ ਰਾਊਂਡ ਲਾ ਕੇ ਆਵਾਂ ਅਤੇ ਦੇਖਦੀ ਹਾਂ। ਅਤੇ ਇੱਥੇ ਇੱਕ ਡਾਲਰ ਸਟੋਰ ਵੀ ਆ, ਬਹੁਤ ਗੁੱਡ ਵਾਲਾ, ਕਾਫੀ ਵੱਡਾ ਆ, ਬਹੁਤ ਸਾਲ ਹੋ ਗਏ ਮੈਂ ਆਈ ਨਹੀਂ ਹੈਗੀ ਗੀ, ਅਤੇ ਉੱਥੇ ਵੀ ਮੇਰਾ ਦਿਲ ਕਰਦਾ ਸੀ ਕਿ ਮੈਂ ਜਾਵਾਂ, ਅਤੇ ਘਰ ਦਾ ਥੋੜ੍ਹਾ ਜਿਹਾ ਸਮਾਨ ਲੈ ਕੇ ਆਉਣ ਵਾਲਾ ਆ ਮੇਰਾ, ਅਤੇ ਦੇਖੂੰਗੀ ਕਿ ਜੇ ਟਾਈਮ ਲੱਗਦਾ ਫਿਰ ਮੈਂ ਕੁਇਕ ਜਾ ਕੇ ਲਾਈਕ 10-10 ਮਿੰਟ ਦੋਨਾਂ ਸਟੋਰਾਂ ਦੇ ਵਿੱਚ ਜਾ ਕੇ ਅਤੇ ਫਿਰ ਲਿਆਉਂਗੀ ਸਮਾਨ। ਬਾਹਰ ਆ ਕੇ ਨਾ ਸੱਚੀ ਘਰ ਦੇ ਕੰਮ ਚੇਤਾ ਭੁੱਲ ਜਾਂਦਾ ਜਿਹੜੇ ਕਰਨ ਵਾਲੇ ਪਏ ਆ। ਸਵੇਰੇ ਠੰਡਾ ਸੀ ਪਰ ਹੁਣ ਗਰਮੀ ਹੋ ਗਈ ਆ ਥੋੜ੍ਹੀ ਜਿਹੀ, ਹਵਾ ਲਾਈਕ ਚੱਲ ਰਹੀ ਹੈ ਪਰ ਗਰਮੀ ਆ, ਮੈਨੂੰ ਲੱਗਦਾ ਕੱਲ੍ਹ ਨੂੰ ਕਾਫੀ ਗਰਮੀ ਦੱਸੀ ਆ, ਭਾਈ ਰੱਬਾ ਕੱਲ੍ਹ ਨੂੰ ਲਾਂਡਰੀ ਵੀ ਕਰਨੀ ਪੈਣੀ ਆ।
ਅੱਜ ਐਕਸਰਸਾਈਜ਼ ਕਰਨ ਨੂੰ ਬਹੁਤ ਜ਼ਿਆਦਾ ਲੇਟ ਹੋ ਗਏ ਆ ਅਤੇ ਪੂਰਾ ਸਵੈਟ ਵੀ ਹੋ ਗਿਆ ਆ ਥੋੜ੍ਹਾ ਜਿਹਾ ਹੁਣ ਮੈਂ ਲਾਊਂਗੀ ਬ੍ਰੇਕ ਅਤੇ ਅੱਜ ਡਿਨਰ ਵੀ ਸਾਡਾ ਲੇਟ ਹੋ ਗਿਆ ਅਤੇ ਹੁਣ ਜਲਦੀ ਦੇ ਨਾਲ ਮੈਂ ਕਰਨਾ ਹੈ ਡਿਨਰ ਇਸੀ 'ਚ ਅੱਜ ਦਾ ਬਸ ਮੇਰਾ ਛੋਟਾ ਜਿਹਾ ਵਲੋਗ ਆਈ ਹੋਪ ਤੁਸੀਂ ਇੰਜੋਏ ਕੀਤਾ ਹੋਊਗਾ ਅਤੇ ਪਲੀਜ਼ ਵਲੋਗ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਆਪਣੇ ਵਰਗੇ ਫਰੈਂਡਸ ਦੇ ਨਾਲ ਅਤੇ ਮਿਲਦੇ ਹਾਂ ਆਪਾਂ ਇੱਕ ਹੋਰ ਨਵੇਂ ਵਲੋਗਸ ਦੇ ਵਲੋਗ ਦੇ ਨਾਲ ਅਫਕੋਰਸ ਮੈਂ ਟਰਾਈ ਕਰੂੰਗੀ ਕਿ ਮੈਂ ਜਲਦੀ ਜਲਦੀ ਹੁਣ ਵਲੋਗ ਆਪਣੇ ਨਵੇਂ ਨਵੇਂ ਲੈ ਕੇ ਆਉਂਦੀ ਰਹਾਂ ਅਤੇ ਮਿਲਦੇ ਹਾਂ ਆਪਾਂ ਇੱਕ ਸੋਹਣੇ ਜਿਹੇ ਵਲੋਗ ਦੇ ਨਾਲ ਉਦੋਂ ਤੱਕ ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਬਾਏ ਬਾਏ ਰੱਬ ਰਾਖਾ